बटाला के थाना घुमन कला के अधीन पड़ते गांव गग्गोवाड़ी में दो औरतों का हुआ कत्ल। कत्ल हुई दोनों औरतें आपस में ताई और भतीजी। आपको बता दें कि दोषी कातिल पंजाब पुलिस में एएसआई के अहदे पर तैनात है और इसने दो विवाह करवा रखे थे और अपनी दूसरी पत्नी के साथ मिलकर जायदाद की खातिर अपनी पहली पत्नी उम्र 50 वर्षीय और भतीजी उम्र 22 साल का कत्ल कर दिया। पुलिस की तरफ से दोषी एएसआई मंगल सिंह और उसकी दूसरी पत्नी सलविंदर कौर के खिलाफ कत्ल का केस दर्ज कर आगे की कार्रवाई शुरू कर दी गई है। फिलहाल दोनों आरोपी पुलिस की पकड़ से बाहर हैं। आरोपियों को पकड़ने के लिए पुलिस की तरफ से छापेमारी जारी है। जगजीत सिंह की खास रिपोर्ट, इंडिया क्राइम न्यूज। अच्छा सवेरे ना अपने चाचा जी अपने सन 91 ਦੇ ਵਿੱਚ ਪੂਰੇ ਰਸਮੋ ਰੀਤੀ ਰਿਵਾਜਾਂ ਦੇ ਨਾਲ 10-15 ਤੋਲੇ ਸੋਨਾ ਪਾ ਕੇ ਸਾਰਾ ਦਾਜ ਦਿਹਾਉਣ ਉਸ ਸਮੇਂ ਦੇ ਮੁਤਾਬਕ ਅਸੀਂ ਆਪਣੀ ਹਾਸੀਅਤ ਦੇ ਮੁਤਾਬਕ ਦਿੱਤਾ ਸਭ ਕੁਝ ਕੀਤਾ। ਸਨ 92 ਦੇ ਵਿੱਚ ਇਹਦੀ ਬੇਟੀ ਨੇ ਜਨਮ ਲਿਆ, 94 ਦੇ ਵਿੱਚ ਬੇਟੇ ਨੇ ਜਨਮ ਲਿਆ ਵਾ। ਉਸ ਤੋਂ ਬਾਅਦ 2007 ਦੇ ਵਿੱਚ ਮਤਲਬ ਸਾਡਾ ਆਉਣ ਜਾਣ ਜਿਹਾ ਬਣਿਆ ਰਿਹਾ ਅਤੇ ਅਸੀਂ ਮੇਰੇ ਹਸਬੈਂਡ ਅਤੇ ਮੇਰਾ ਬੇਟਾ ਆਇਆ ਵਾ ਅਤੇ ਇਹਨਾਂ ਨੇ ਵਿਹੜੇ ਦੇ ਵਿੱਚ ਇਹ ਜਿਹੜੀ ਸੋਨੀਆ ਇਹਨੂੰ ਦੇਖਿਆ ਅਤੇ ਨਾਲ ਇੱਕ ਛੋਟਾ ਜਿਹਾ ਬੱਚਾ ਅਤੇ ਕਹਿੰਦੇ ਵੀ ਇਹ ਕੌਣ ਆ ਅਤੇ ਕਹਿੰਦੀ ਕਿ ਮੈਂ ਇਹਦੀ ਸੌਤਣ ਆ। ਜਿਹਦੇ ਵਿੱਚ ਉਹਨੇ ਪਰੇਸ਼ਾਨੀ ਦੇ ਵਿੱਚ ਸਾਡੀ ਬੇਟੀ ਨੇ ਆਪਣਾ ਦਿਲ ਮਤਲਬ ਸਮਝੋ ਕਿ ਦਿਮਾਗੀ ਤੌਰ 'ਤੇ ਅਪਸੈਟ ਰਹਿਣ ਲੱਗੇ। ਆਟੋਮੈਟਿਕਲੀ ਇਹ ਕੰਮ ਹੋ ਸਕਦਾ ਸੀ ਕਿ ਕੋਈ ਵੀ ਉਹਦੇ ਥਾਂ 'ਤੇ ਹੁੰਦਾ ਅਤੇ ਉਹ ਵੀ ਇਹ ਸਭ ਕੁਛ ਉਹਦੇ ਨਾਲ ਵੀ ਇਸ ਤਰ੍ਹਾਂ ਹੀ ਹੁੰਦਾ।
और अज इन्हें बहुत हदों वध कर दिती है। जिहड़ा इहदा छोटा दिओर सी उहदी दिओर भी शराब पींदा सीगा ते जिहड़ी दराणी सी उहनां ने शराबी हालत दे विच ही इहनां ने सहुरे ने भी ते देर ने भी कुट मार के कढ दित्ती। ਇਹ ਜਿਹੜੀ ਬੱਚੀ ਦੀ ਅੱਜ ਡੈਥ ਹੋਈ ਹੈ ਉਸ ਟਾਈਮ ਇਹ ਸਾਰੀ 4 ਸਾਲ ਦੀ ਸੀ ਅਤੇ ਇਸ ਬੱਚੀ ਦੀ ਪਰਵਰਿਸ਼ ਵੀ ਜਿਹੜੀ ਹੈ ਇਹਨੇ ਸਾਡੀ ਬੇਟੀ ਨੇ ਅਤੇ ਸਾਡੀ ਬੇਟੀ ਦੀ ਬੇਟੀ ਨੇ ਦੋਵਾਂ ਭੈਣਾਂ ਨੇ ਮਤਲਬ ਕਿ ਰਲ ਮਿਲ ਕੇ ਆਪਣਾ ਟਾਈਮ ਬਸਰ ਕੀਤਾ। ਸਾਡੀ ਬੇਟੀ ਦੀ ਬੇਟੀ ਸਾਡੀ ਦੋਤੀ ਜਿਹੜੀ ਉਹਦੀ ਮੈਰਿਜ ਹੋ ਗਈ ਉਹਦੀ ਬੇਟੀ ਬੇਟਾ ਸ਼ਾਇਦ ਕਿ ਬੇਟੀ ਹੈ ਸਾਨੂੰ ਮਤਲਬ ਜਾਣਾ ਆਉਣਾ ਸਾਡਾ ਘੱਟ ਇਹਨਾਂ ਨੇ ਕਰ ਛੱਡਿਆ ਉਸ ਟਾਈਮ ਦਾ ਹੀ। ਕੁਛ ਸਮਾਂ ਪਹਿਲਾਂ ਜਦੋਂ ਇਹਨਾਂ ਨੂੰ ਫਿਰ ਸਾਨੂੰ ਪਤਾ ਲੱਗਾ ਵੀ ਇਹਨੇ ਦੂਸਰੀ ਮੈਰਿਜ ਕਰ ਲਈ ਹੈ ਬੱਚਾ ਵੀ ਹੈ ਉਹਦਾ ਅਤੇ ਅਸੀਂ ਜਦੋਂ ਆਏ ਹਾਂ ਇਹਨਾਂ ਦੇ ਨਾਲ ਫਿਰ ਅਸੀਂ ਆਪਣੀ ਬੇਟੀ ਦਾ ਕੁਛ ਨਾ ਕੁਛ ਥੋੜ੍ਹਾ ਇਹਦੇ ਨਾਲ ਕੰਪਰੋਮਾਈਜ਼ ਕੀਤਾ ਵੀ ਚਲੋ ਸਾਡੀ ਬੱਚੀ ਨੂੰ ਤੁਸੀਂ ਠੀਕ ਢੰਗ ਨਾਲ ਰੱਖੋਗੇ ਅਤੇ ਅਸੀਂ ਸਹਿਮਤ ਹਾਂ ਤੁਹਾਡੇ ਨਾਲ। ਬਾਕੀ ਸਾਡੀ ਜਿਹੜੀ ਜੋ ਨੋਮੀਨੇਟ ਕਾਗਜ਼ ਪੱਤਰ ਹੈ ਸਾਰਾ ਸਾਡੀ ਬੇਟੀ ਦੇ ਨਾਂ 'ਤੇ ਹੋਣਾ ਚਾਹੀਦਾ ਜਿਹਦੇ ਵਿੱਚ ਮੰਗਲ ਸਿੰਘ ਸਹਿਮਤ ਹੋ ਗਿਆ ਕਿ ਬਿਲਕੁਲ ਠੀਕ ਇਸ ਤਰ੍ਹਾਂ ਹੀ ਹੋਊਗਾ। ਉਸ ਤੋਂ ਬਾਅਦ ਅੱਜ ਅਸੀਂ ਸਾਨੂੰ ਪਤਾ ਲੱਗਾ ਵਾ ਵੀ ਇਹਨਾਂ ਨੇ ਸਾਡੀ ਬੇਟੀ ਨੂੰ ਅਤੇ ਜਿਹੜੀ ਉਹ ਚਾਰ ਸਾਲ ਦੀ ਬੱਚੀ ਅੱਜ ਮਾਸੂਮੀਅਤ ਦਾ ਕਤਲ ਕਰਕੇ ਨਾਲ ਸਾਡੀ ਬੇਟੀ ਦਾ ਕਤਲ ਕਰਕੇ ਜੋ ਇਹਨਾਂ ਨੇ ਹੈਵਾਨੀਅਤ ਦਾ ਸਬੂਤ ਦਿੱਤਾ ਇਹਨਾਂ ਦੇ ਅਸੀਂ ਇਹ ਚਾਹੁੰਦੇ ਹਾਂ ਕਿ ਇਹੋ ਜਿਹੀ ਕਾਰਵਾਈ ਹੋਵੇ ਕਿ ਜਿਹੜੀ ਦੁਨੀਆ ਯਾਦ ਕਰੇ ਕਿ ਅੱਜ ਤੋਂ ਬਾਅਦ ਕੋਈ ਇਹੋ ਜਿਹਾ ਦੋਹਰਾ ਕਤਲ ਨਾ ਕੋਈ ਕਰ ਸਕੇ। ਸਾਡੀ ਧੀ ਨੇ ਤਾਂ 50 ਸਾਲ ਦੀ ਉਮਰ ਭੋਗ ਲਈ ਆ, ਬਾਕੀ ਅਸੀਂ ਇਹ ਚਾਹੁੰਦੇ ਕਿ ਜਿਹੜੀ ਉਹਦੀ 23 ਸਾਲ ਦੀ ਬੇਟੀ ਦੇ ਨਾਲ ਜੋ ਤਸ਼ੱਦਦ ਕੀਤਾ ਗਿਆ ਉਹਦੀ ਸਜ਼ਾ ਇਹਨੂੰ ਸਰਕਾਰਾਂ ਵੀ ਦੇਣ, ਇਹਨੂੰ ਪਰਮਾਤਮਾ ਵੀ ਦੇਵੇ। ਔਰ ਇਹ ਘਰੋਂ ਫਰਾਰ ਹੋ ਗਿਆ ਵਾ, ਇਹ ਨਾ ਸਾਨੂੰ ਉਹ ਆਦਮੀ ਮਿਲਿਆ, ਉਹਦੀ ਜਨਾਨੀ ਜਿਹੜੀ ਸੋਨੀਆ ਉਹ ਕਹਿ ਰਹੀ ਹੈ ਕਿ ਉਹ ਡਿਊਟੀ 'ਤੇ ਆ। ਅਸੀਂ ਡਿਊਟੀ ਤੋਂ 50-50 ਕਿਲੋਮੀਟਰਾਂ ਤੋਂ ਆ ਗਏ ਕਿ ਉਹ ਸ਼ਹਿਰੇ ਤੋਂ ਡਿਊਟੀ ਤੋਂ ਘਰ ਨਹੀਂ ਆ ਸਕਦਾ। ਸੋ ਅਸੀਂ ਸਾਡੀ ਰਿਕੁਐਸਟ ਆ ਆਲਮੋਸਟ ਮੈਂ ਇਹੀ ਕਹੂੰਗੀ ਕਿ ਜਿੱਥੋਂ ਵੀ ਤੱਕ ਹੋ ਸਕਦਾ ਇਹਨੂੰ ਵੱਧ ਤੋਂ ਵੱਧ ਸਜ਼ਾ ਇਸ ਪਰਿਵਾਰ ਨੂੰ ਮਿਲਣੀ ਚਾਹੀਦੀ, ਵਿੱਚ ਇਸ ਸਹੁਰੇ ਨੂੰ ਔਰ ਵਿੱਚ ਇਸ ਜਨਾਨੀ ਨੂੰ ਅਤੇ ਮੰਗਲ ਸਿੰਘ ਨੂੰ। ਇਹ ਮਾਮਲਾ ਸੀ ਜੀ, ਮੈਂ ਬਾਂਗੋਆਣੀ ਦਾਣਾ ਵੰਡੀ ਮੌਜੂਦ ਸੀਗਾ, ਮੈਨੂੰ ਮੁਨਸ਼ੀ ਤੋਂ ਤਲਾਹ ਮਿਲੀ ਫੋਨ 'ਤੇ ਪਿੰਡ ਗੱਗੋਵਾਲੀ ਵਿੱਚ ਤਾਈ ਅਤੇ ਭਤੀਜੀ ਦਾ ਕਤਲ ਹੋਇਆ, ਉਹਦੇ ਵਾਰਸ ਆਏ ਹੋਏ ਨੇ ਅਤੇ ਮੈਂ ਕਾਰ ਵੀ ਵਾਸਤੇ ਪਹੁੰਚਿਆ ਸੀਗਾ। ਉੱਥੇ ਜਾ ਕੇ ਮੈਨੂੰ ਨਿਰਮਲ ਸਿੰਘ ਪੁੱਤਰ ਧਾਮ ਸਿੰਘ ਜੱਟ ਵਾਸੀ ਬਲ ਥਾਣਾ ਸਰ ਬਟਾਲਾ ਠੀਕ ਹੈ ਜੀ ਮੰਨ ਵਾਲੀ ਰਾਜਵੀਰ ਕੌਰ ਦਾ ਬ੍ਰਦਰ ਸੀ ਉਹ ਅਤੇ ਬਾਕੀ ਹੋਰ ਵਾਰਸ ਮਿਲੇ ਸੀਗੇ, ਉਹਨਾਂ ਦਾ ਬਿਆਨ ਲਿਖ ਕੇ ਅਸੀਂ ਪਰਚਾ ਦਰਜ ਕਰਕੇ ਕਾਰਵਾਈ ਕਰ ਰਹੇ ਹਾਂ ਜੀ। ਕੀ ਧਾਰਾ 'ਤੇ ਪਰਚਾ ਦਰਜ ਕੀਤਾ? ਧਾਰਾ 302-120 IPC ਦਾ ਦਰਜ ਕੀਤਾ ਜੀ, ਮੁਕਦਮਾ ਨੰਬਰ 72/25/11/19। ਕਾਰਨ ਇਹ ਲੱਗਾ ਪਤਾ ਜੀ, ਮੌਕੇ 'ਤੇ ਸਾਰਾ ਤਰੀਕ ਕੀਤੀ ਆ ਵੀ ਮੰਗਲ ਸਿੰਘ ਪੰਜਾਬ ਪੁਲਿਸ 'ਚ ASI ਆ, ਇੱਥੇ ਬਟਾਲੇ ਜ਼ਿਲ੍ਹੇ ਕੰਮ ਕਰ ਰਿਹਾ ਜੀ। ਉਹ ਪਹਿਲਾਂ ਜਿਹੜੀ ਮਰਨ ਵਾਲੀ ਰਾਜਵੀ ਕੌਰ ਸੀ ਉਹਦੀ ਪਹਿਲੀ ਹੀ ਪਤਨੀ, ਇਹਨੇ ਉਹਨੂੰ ਬਿਨਾਂ ਮਰਜ਼ੀ ਤੋਂ ਦੂਸਰਾ ਵਿਆਹ ਇੱਕ ਲੜਕੀ ਹੋਰ ਆ ਸਰਵਿੰਦਰ ਕੌਰ ਖੁੰਡੀ ਪਿੰਡ ਆ ਧਾਰੀਵਾਲ ਲਾਗੇ, ਉਹਨਾਂ ਕਰਵਾਇਆ ਸੀ। ਅਤੇ ਜਦੋਂ ਇਹ ਮੈਰਿਜ ਹੋਈ ਸੀ ਉਦੋਂ ਥੋੜ੍ਹਾ ਇਹਨਾਂ ਨੇ ਕੁਟਮਿਟ ਕੀਤੀ ਸੀਗੀ ਵੀ ਅਸੀਂ ਜੋ ਵੀ ਬੈਨੀਫਿਟ ਹੋਣਗੇ ਮੰਗਲ ਸਿੰਘ ਨੇ ਉਹ ਰਾਜਵੀ ਕੌਰ ਲਏਗੀ, ਉਹ ਫਿਰ ਉਹਨੇ ਕੋਈ ਫਿਲਹਾਲ ਕੋਈ ਇਤਰਾਜ਼ ਨਹੀਂ ਕੀਤਾ ਜੀ। ਉਸ ਤੋਂ ਬਾਅਦ ਉਹ ਬਾਅਦ ਖਾਰ ਖਾਣ ਲੱਗ ਪਿਆ ਪੈਲੀ ਕਰਕੇ ਵੀ, ਕਿਉਂਕਿ ਮੰਗਲ ਸਿੰਘ ਦਾ ਛੋਟਾ ਭਰਾ ਗੁਰਪਾਲ ਸਿੰਘ ਸੀ ਉਹਦੀ ਵੀ ਡੈਥ ਹੋਈ ਸੀਗੀ, ਉਹਦੀ ਘਰ ਦੀ ਛੱਡ ਕੇ ਚੱਲ ਗਈ ਸੀਗੀ, ਉਹਦੀ ਇੱਕ ਲੜਕੀ ਸੀ ਗੁਰਪ੍ਰੀਤ ਕੌਰ ਉਹਦਾ ਵੀ ਨਾਲ ਕਤਲ ਹੋਇਆ। ਉਹ ਹੁਣ ਇਹ ਬਿਆਨਾਂ 'ਚ ਆਇਆ ਵੀ ਇਹਨਾਂ ਨੇ ਸਿਰਫ ਜ਼ਮੀਨ ਦੀ ਵੰਡ ਕਰਕੇ ਜਾਂ ਉਹ ਫੰਡ ਵਗੈਰਾ ਮਿਲਣੇ ਸੀਗੇ ਮੰਗਲ ਸਿੰਘ ਦੇ ਮਹਿਕਮੇ ਦੇ ਕਿਸੇ ਜਦੋਂ ਰਿਟਾਇਰ ਹੋਣਾ ਜਾਂ ਕੋਈ ਗੱਲ ਹੁੰਦੀ ਉਹ ਸਿਰਫ ਹੜੱਪਣ ਦੀ ਖਾਤਰ ਇਹਨਾਂ ਨੇ ਉਹਨਾਂ ਦਾ ਦੋਵਾਂ ਦਾ ਮਿਲ ਕੇ ਕਤਲ ਕੀਤਾ ਸਾਨੂੰ ਨਹੀਂ, ਅਜੇ ਦੋਸ਼ੀ ਕੋਈ ਗ੍ਰਿਫਤਾਰ ਨਹੀਂ ਹੁੰਦਾ ਜੀ। 3 ਬੰਦਿਆਂ ਖਿਲਾਫ ਪਰਚਾ ਦਰਜ ਹੋਇਆ ਜੀ, ਮੰਗਲ ਸਿੰਘ ਪੁੱਤਰ ਬਸਣ ਸਿੰਘ ਅਤੇ ਸਰਵਿੰਦਰ ਕੌਰ ਪਤਨੀ ਮੰਗਲ ਸਿੰਘ ਅਤੇ ਬਸਣ ਸਿੰਘ ਪੁੱਤਰ ਚਰਨ ਸਿੰਘ ਵਾਸੀ ਗੱਗੋਵਾਲੀ। ਬਾਕੀ ਤਾਂ ਤੇਜ਼ ਆ ਰਹੀ ਹੈ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ ਖਿਲਾਫ ਜੰਗ, ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼, ਦੇਸ਼ ਕਾ ਆਪਣਾ ਹਿੰਦੀ ਨਿਊਜ਼ ਚੈਨਲ।